ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਰਿਆਂ ਦਾ, ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਨੰਦਪੁਰ ਸਾਹਿਬ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਨਵੇਂ ਸਥਾਨ ਉੱਪਰ ਪੁੱਜੇ ਹਾਂ ਜੀ। ਇਸ ਵੀਡੀਓ ਦੇ ਵਿੱਚ ਆਪਾਂ 3 ਸਥਾਨਾਂ ਨੂੰ ਵਿਜ਼ਿਟ ਕਰਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਆਓ ਜੀ ਹੁਣ ਆਪਾਂ ਇਹਨਾਂ ਸਥਾਨਾਂ ਦੇ ਦਰਸ਼ਨ ਕਰੀਏ। ਗੁਰਦੁਆਰਾ ਸ਼੍ਰੀ ਗੁਰੂ ਕਾ ਲਾਹੌਰ ਦੇ ਨਾਲ ਹੀ ਬਣਿਆ ਹੋਇਆ ਜੀ, ਗੁਰਦੁਆਰਾ ਸ਼੍ਰੀ ਤ੍ਰਿਵੈਣੀ ਸਾਹਿਬ। ਇਹ ਹੈ ਜੀ ਇਤਿਹਾਸ ਦਾ ਬੋਰਡ, ਤੁਸੀਂ ਪੜ੍ਹ ਸਕਦੇ ਹੋ। ਇਹ ਹੈ ਜੀ ਸਥਾਨ, ਆਓ ਚਲੀਏ ਜੀ ਆਪਾਂ ਦਰਸ਼ਨ ਕਰੀਏ ਇਸ ਸਥਾਨ ਉੱਪਰ ਜੀ। ਇਸ ਜਗ੍ਹਾ ਉੱਪਰ ਪਾਣੀ ਦੀ ਕਮੀ ਹੁੰਦੀ ਸੀ, ਸੰਗਤਾਂ ਦੀ ਬੇਨਤੀ ਕਰਨ ਨਾਲ ਗੁਰੂ ਸਾਹਿਬ ਨੇ, ਦਸ਼ਮੇਸ਼ ਪਿਤਾ ਜੀ ਨੇ ਵਰਛਾ ਮਾਰ ਕੇ 3 ਧਾਰਾਂ ਵਗਾਈਆਂ, ਜਿਸ ਕਰਕੇ ਇਸ ਸਥਾਨ ਦਾ ਨਾਮ ਤ੍ਰਿਵੈਣੀ ਪੈ ਗਿਆ ਜੀ। ਇਹ ਹੈ ਜੀ ਪਵਿੱਤਰ ਸਰੋਵਰ ਸਾਹਿਬ, ਇਸ ਸਥਾਨ 'ਤੇ ਬਣਿਆ ਹੋਇਆ ਜੀ। ਆਓ ਜੀ ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ। ਇਹ ਹੈ ਜੀ ਉੱਚਾ ਨਿਸ਼ਾਨ ਸਾਹਿਬ, ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਇਹ ਆ ਜੀ ਉਹ ਪਵਿੱਤਰ ਤ੍ਰਿਵੈਣੀ ਸਾਹਿਬ, ਜਿਸ ਜਗ੍ਹਾ ਸਾਡੇ 10ਵੇਂ ਪਾਤਸ਼ਾਹ ਨੇ ਵਰਛਾ ਮਾਰ ਕੇ ਜੀ 3 ਧਰਾਵਾਂ ਪਾਣੀ ਦੀਆਂ ਵਗਾਈਆਂ ਸਨ ਜੀ। ਅਤੇ ਇਹਦੇ ਨੋਟਿਸ ਬੋਰਡ 'ਤੇ ਲਿਖਿਆ ਆ, ਕੁਝ ਬੰਦੇ ਦੇ ਵਿੱਚ ਸਿੱਕੇ ਪਾਉਂਦੇ ਨੇ, ਯਾਨੀ ਸਿੱਕੇ ਪਾਉਣ ਨਾਲ ਪਾਣੀ ਖਰਾਬ ਹੁੰਦਾ ਆ, ਪੀਣ ਯੋਗ ਪਾਣੀ ਆ ਜੀ ਇਹ। ਆ ਜਾਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਪਾਂ ਸਭ ਨੇ ਮਿਲ ਕੇ ਜੀ ਇਸ ਸਥਾਨ ਦੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਦੇ ਦਰਸ਼ਨ ਕਰ ਲਏ ਨੇ ਜੀ। ਹੁਣ ਆਪਾਂ ਚੱਲਦੇ ਹਾਂ ਅਗਲੇ ਸਥਾਨ ਗੁਰਦੁਆਰਾ ਗੁਰੂ ਕੀ ਨੜ ਸਾਹਿਬ ਵੱਲ ਨੂੰ ਜੀ, ਜਿਸ ਜਗ੍ਹਾ 10ਵੇਂ ਪਾਤਸ਼ਾਹ 'ਤੇ ਮੁਗਲਾਂ ਵੱਲੋਂ ਹਮਲਾ ਕੀਤਾ ਗਿਆ ਸੀ ਜੀ, ਉਹਨਾਂ ਗੋਲੀਆਂ ਦੇ ਨਿਸ਼ਾਨ ਉਸ ਜਗ੍ਹਾ ਦੇ ਉੱਤੇ ਮੌਜੂਦ ਨੇ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਆ ਤਾਂ ਆਪਣੇ ਰਿਸ਼ਤੇਦਾਰਾਂ ਨਾਲ, ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਜੀ। ਇਹ ਆ ਜੀ ਗੁਰਦੁਆਰਾ ਗੁਰੂ ਕੀ ਨੜ ਸਾਹਿਬ ਦਾ ਇਤਿਹਾਸ ਜੀ, ਤੁਸੀਂ ਪੜ੍ਹ ਸਕਦੇ ਹੋ ਸਕਰੀਨ ਦੇ ਉੱਤੇ। ਆ ਜਾਓ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਜਿਹੜਾ ਇਹ ਸਥਾਨ ਆ ਇਹਨੂੰ ਪੈਦਲ ਜਾਣਾ ਪੈਂਦਾ ਆ, ਜਾਣੀ ਨਾ ਵਾਹਵਾ ਜੰਗਲ ਟਾਈਪ ਬਣਿਆ ਹੋਇਆ ਏਰੀਆ, ਇਹ ਬਹੁਤ ਜ਼ਿਆਦਾ ਦਰੱਖਤ ਨੇ, ਉਹਨਾਂ ਦੇ ਵਿੱਚੋਂ ਲੰਘ ਕੇ ਫਿਰ ਇਸ ਸਥਾਨ ਦੇ ਉੱਤੇ ਪਹੁੰਚਣਾ ਪੈਂਦਾ ਆ ਜੀ। ਆਓ ਚੱਲਦੇ ਹਾਂ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ, ਦੇਖਦੇ ਹਾਂ ਇਸ ਸਥਾਨ ਨੂੰ ਜੀ। ਪਹਿਲਾਂ ਜਦੋਂ ਅਸੀਂ ਇਸ ਸਥਾਨ ਉੱਪਰ ਆਏ ਸੀ ਤਾਂ ਇਸ ਰਸਤੇ ਨੂੰ ਪੈਦਲ ਤੁਰ ਕੇ ਹੀ ਪੂਰਾ ਕੀਤਾ ਜਾਂਦਾ ਸੀ ਅਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਤੱਕ ਪਹੁੰਚਦੇ ਸੀ। ਪਰ ਹੁਣ ਤੁਸੀਂ ਦੇਖ ਸਕਦੇ ਹੋ ਰਸਤਾ ਕਾਫੀ ਹੱਦ ਤੱਕ ਪੱਧਰਾ ਹੋ ਚੁੱਕਿਆ ਹੈ, ਜਿਸ ਨਾਲ ਆਪਾਂ ਆਪਣੇ ਮੋਟਰਸਾਈਕਲ, ਇਹੋ ਜਿਹੇ ਵਾਹਨਾਂ ਨੂੰ ਆਪਾਂ ਨਾਲ ਲੈ ਕੇ ਜਾ ਸਕਦੇ ਹਾਂ। ਦੇਖ ਸਕਦੇ ਹੋ ਜੀ ਪੂਰਾ ਚਾਰੇ ਪਾਸਿਓਂ, ਇੱਕ ਪਾਸੇ ਪਹਾੜ ਨੇ, ਨਾਲ ਦੀ ਨਾਲ ਜੰਗਲ ਜਿਹਾ। ਆਓ ਜੀ ਬਣੇ ਰਹੋ ਸਾਡੇ ਨਾਲ ਪੂਰੇ ਵੀਡੀਓ ਦੇ ਐਂਡ ਤੱਕ ਜੀ, ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਆਓ ਜੀ ਆਪਾਂ ਜੀ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੁਰੂ ਕੀ ਨੜ ਸਾਹਿਬ ਵਿਖੇ ਜੀ। ਇਹ ਉਹ ਸਥਾਨ ਆ ਪਹਾੜੀ ਰਾਜਿਆਂ ਵੱਲੋਂ
ਦਸਵੇਂ ਪਾਤਸ਼ਾਹ ਦੇ ਉੱਤੇ ਹਮਲਾ ਕੀਤਾ ਗਿਆ ਸੀ ਜੀ। ਪਾਤਸ਼ਾਹ ਉਦੋਂ ਉਸ ਵੇਲੇ ਜੀ ਇੱਕ ਇਹ ਪੱਥਰ ਪਿਆ ਉਰੇ ਬਹੁਤ ਵੱਡਾ, ਉਹਦੇ ਉੱਤੇ ਆਸਣ ਲਾਇਆ ਹੋਇਆ ਸੀ ਪਾਤਸ਼ਾਹ ਨੇ। ਅੱਜ ਵੀ ਜਿਹੜੀਆਂ ਗੋਲੀਆਂ ਪਾਤਸ਼ਾਹ ਦੇ ਉੱਤੇ ਵਰਾਈਆਂ ਗਈਆਂ ਸੀ ਉਸ ਵੇਲੇ, ਉਹਨਾਂ ਦੇ ਨਿਸ਼ਾਨ ਇਸ ਪੱਥਰ ਦੇ ਉੱਤੇ ਦਿਸਦੇ ਨੇ ਜੀ। ਤੁਸੀਂ ਦੇਖਿਓ ਵੀਡੀਓ ਦੇ ਵਿੱਚ, ਆਪਾਂ ਵੀ ਦੇਖਦੇ ਹਾਂ। ਆ ਜਾਓ ਆਪਾਂ ਚੱਲਦੇ ਹਾਂ ਉਸ ਪੱਥਰ ਨੂੰ ਦੇਖਦੇ ਹਾਂ ਜੀ, ਜਿਸ ਜਗ੍ਹਾ ਗੋਲੀਆਂ ਦੇ ਨਿਸ਼ਾਨ ਨੇ ਜੀ, ਗੋਲੀਆਂ ਵੱਜੀਆਂ ਹੋਈਆਂ ਨੇ ਉਸ ਪੱਥਰ 'ਤੇ ਜੀ। ਇਹ ਆ ਜੀ ਉਹ ਇਤਿਹਾਸਕ ਪੱਥਰ ਜੀ, ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਨੇ ਸਕਰੀਨ ਦੇ ਉੱਤੇ, ਤੁਸੀਂ ਦੇਖੋ। ਪਾਤਸ਼ਾਹ ਉਦੋਂ ਇਸ ਪੱਥਰ ਦੇ ਉੱਤੇ ਬੈਠੇ ਸਨ ਜੀ, ਅਤੇ ਇਸ ਪੱਥਰ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਨੇ ਮੌਜੂਦ ਨੇ, ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ। ਇਹ ਆ ਜੀ ਅਸਥਾਨ ਗੁਰੂ ਕਾ ਨੜ ਸਾਹਿਬ ਜੀ, ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਵੀ ਅਸਥਾਨ ਬਣਿਆ ਹੋਇਆ ਜੀ। ਸਾਡੇ ਪਾਤਸ਼ਾਹ ਉਦੋਂ ਇਹਨਾਂ ਜੰਗਲਾਂ ਦੇ ਵਿੱਚ ਘੁੰਮਦੇ ਸੀਗੇ ਜੀ, ਆਪਣੇ ਜਿਹੜੇ ਸਿੱਖ ਸੀਗੇ, ਸੇਵਕ ਸੀਗੇ ਜੀ, ਉਹਨਾਂ ਨੂੰ ਸਿਖਲਾਈ ਦਿੰਦੇ ਸੀਗੇ ਘੋੜ ਸਵਾਰੀ ਦੀ, ਸ਼ਸਤਰ ਵਿੱਦਿਆ ਦੀ ਜੀ। ਇਹ ਅਸਥਾਨ ਜੀ, ਪਰ ਇਹ ਸੁੰਨਾ ਜਿਹਾ ਅਸਥਾਨ ਆ, ਜਾਣੀ ਕੋਈ ਵੀ ਹੈ ਨਹੀਂ ਉਰੇ, ਅਸੀਂ ਇਕੱਲੇ ਹੀ ਹਾਂ ਦੋਨੇ ਪਿਓ ਪੁੱਤ, ਇਸ ਜਗ੍ਹਾ ਦੇ ਉੱਤੇ ਦਰਸ਼ਨ ਕਰਨ ਆਏ ਹੋਏ, ਕੋਈ ਵੀ ਨਹੀਂ ਹੈਗਾ ਇਸ ਅਸਥਾਨ ਦੇ ਉੱਤੇ ਹੁਣ ਇਸ ਵੇਲੇ, ਚਾਰੇ ਪਾਸੇ ਸੁੰਨ ਪਸਰੀ ਹੋਈ ਆ, ਸਾਂ ਸਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਸ ਜਗ੍ਹਾ ਦੇ ਉੱਤੋਂ। ਇੱਕ ਪਾਸੇ ਪਾਣੀ ਚੱਲਦਾ ਆ ਜੀ, ਤੁਸੀਂ ਦੇਖ ਸਕਦੇ ਹੋ ਪਾਣੀ ਦੀ ਆਵਾਜ਼, ਮੈਂ ਬੋਲਣਾ ਬੰਦ ਕਰੂੰਗਾ ਤੋਂ ਬਾਅਦ ਸੁਣਿਓ, ਦੇਖਿਓ ਪਾਣੀ ਦੀ ਆਵਾਜ਼ ਨੂੰ ਆਮ ਸੁਣਨੀ ਆ ਸਾਫ਼। ਆਪਾਂ ਨੇ ਜੀ ਸਭ ਨੇ ਮਿਲ ਕੇ ਜੀ ਇਸ ਅਸਥਾਨ ਦੇ ਦਰਸ਼ਨ ਕਰ ਲਏ ਨੇ ਜੀ। ਆਜੂ ਹੁਣ ਆਪਾਂ ਚੱਲਦੇ ਹਾਂ ਉਸ ਅਸਥਾਨ ਦੇ ਦਰਸ਼ਨ ਕਰਦੇ ਹਾਂ, ਜਿਸ ਜਗ੍ਹਾ ਗੁਰਦੁਆਰਾ ਸੋਹਲਾ ਘੋੜਾ ਬਣਿਆ ਹੋਇਆ ਅਸਥਾਨ ਹੈ ਜੀ, ਉਸ ਅਸਥਾਨ ਦੇ ਦਰਸ਼ਨ ਕਰਦੇ ਹਾਂ ਆਪਾਂ ਜੀ। ਅਸੀਂ ਨਾ ਪਹਿਲੀ ਵਾਰ ਇਸ ਜਗ੍ਹਾ ਦੇ ਉੱਤੇ ਆਏ ਸੀ, ਉਦੋਂ ਸਪ੍ਰੀਤ ਦੀ ਉਮਰ ਤਕਰੀਬਨ ਉਦੋਂ 6 ਸਾਲ ਦੀ ਸੀਗੀ ਜੀ, ਅਤੇ ਅੱਜ ਦੀ ਉਮਰ ਆ 15 ਸਾਲ ਜੀ, ਯਾਨੀ ਕਈ ਸਾਲਾਂ ਬਾਅਦ ਇਸ ਜਗ੍ਹਾ ਦੇ ਉੱਤੇ ਅੱਜ ਅਸੀਂ ਦੁਬਾਰਾ ਆਏ ਹਾਂ ਜੀ ਇਸ ਅਸਥਾਨ ਦੇ ਦਰਸ਼ਨ ਕਰਨ ਜੀ। ਜਿਹੜੀ ਇੰਨੇ ਸਾਲਾਂ ਦੇ ਵਿੱਚ ਇਹੀ ਤਬਦੀਲੀ ਆਈ ਹੈ ਇਸ ਜਗ੍ਹਾ ਦੇ ਉੱਤੇ ਜੀ, ਜਾਣੀ ਮੋਟਰਸਾਈਕਲ ਇਸ ਜਗ੍ਹਾ ਦੇ ਉੱਤੇ ਪਹੁੰਚ ਸਕਦਾ ਆ ਜੀ। ਇਹ ਆ ਪਾਣੀ ਜੀ, ਉੱਪਰੋਂ ਪਹਾੜਾਂ ਦੇ ਵਿੱਚੋਂ ਇਹ ਪਾਣੀ ਆਉਂਦਾ ਥੱਲੇ ਨੂੰ ਜੀ, ਇਹ ਦੇਖੋ ਤੁਸੀਂ ਖਾਲ ਬਣੀ ਹੋਈ ਆ ਨਾਲੀ ਟੈਪ, ਇਹ ਆ ਜੀ ਉਹ ਖੜਾ ਆਪਣਾ ਮੋਟਰਸਾਈਕਲ ਜੀ, ਇਹਦੇ ਉੱਤੇ ਆਪਾਂ ਪਹੁੰਚੇ ਹੋਏ ਹਾਂ ਅੱਜ ਜੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਜੀ, ਘੁੰਮਣ ਜੀ, ਦਰਸ਼ਨ ਕਰਨ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼੍ਰੀ ਸੋਹਲਾ ਘੋੜਾ ਸਾਹਿਬ ਵਿਖੇ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਹ ਸਥਾਨ ਬਣਿਆ ਹੋਇਆ, ਬਹੁਤ ਵੱਡਾ ਇੱਥੇ ਬਰੋਟਾ ਵੀ ਲੱਗਿਆ ਹੋਇਆ ਜੀ। ਇਹ ਹੈ ਜੀ ਸੜਕ, ਇੱਥੋਂ ਗੁਰਦੁਆਰਾ ਸਾਹਿਬ ਵਿੱਚ ਆਪਾਂ ਪ੍ਰਵੇਸ਼ ਕਰ ਸਕਦੇ ਹਾਂ। ਆਓ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ
ਅਤੇ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੀ। ਇਹ ਨੇ ਜੀ ਸੋਹਣੇ ਉੱਚੇ ਨਿਸ਼ਾਨ ਸਾਹਿਬ ਝੂਲਦੇ ਹੋਏ ਇਸ ਜਗ੍ਹਾ ਦੇ ਉੱਤੇ ਜੀ, ਜਿਸ ਜਗ੍ਹਾ ਮੇਰੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਆਏ ਸਨ ਜੀ। ਛੇਵੇਂ ਪਾਤਸ਼ਾਹ ਨੇ ਜਦੋਂ ਮਾਤਾ ਸੁਲੱਖਣੀ ਜੀ ਨੂੰ ਪੁੱਤਰਾਂ ਦਾ ਵਰ ਦਿੱਤਾ ਸੀ ਤਾਂ ਪਾਤਸ਼ਾਹ ਉਦੋਂ ਇਸੇ ਸੋਹਲੇ ਘੋੜੇ ਦੇ ਉੱਤੇ ਬਿਰਾਜਮਾਨ ਸਨ ਜੀ। ਕਰਤਾਰਪੁਰ ਦੀ ਜੰਗ ਲੜਨ ਸਮੇਂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਇਸੇ ਘੋੜੇ ਦੇ ਉੱਤੇ ਪਾਤਸ਼ਾਹ ਨੇ ਜੰਗ ਲੜੀ ਸੀ ਜੀ। ਕਰਤਾਰਪੁਰ ਤੋਂ ਬਾਅਦ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਵੱਲ ਨੂੰ ਆਏ ਨੇ ਨਾ, ਤਾਂ ਇਸ ਜਗ੍ਹਾ 'ਤੇ ਪਾਤਸ਼ਾਹ ਜਦੋਂ ਪਹੁੰਚੇ ਨੇ ਤਾਂ ਘੋੜੇ ਨੇ ਇਸ ਜਗ੍ਹਾ 'ਤੇ ਸਰੀਰ ਆਪਣਾ ਸਰੀਰ ਛੱਡਤਾ ਸੀ ਜੀ। ਤਾਂ ਪਾਤਸ਼ਾਹ ਨੇ ਇਸੇ ਜਗ੍ਹਾ ਦੇ ਉੱਤੇ ਆਪਣੇ ਉਸ ਘੋੜੇ ਦਾ, ਸੋਹਲੇ ਘੋੜੇ ਦਾ ਜੀ ਸੰਸਕਾਰ ਕੀਤਾ ਸੀ। ਘੋੜੇ ਦੇ ਸਰੀਰ ਵਿੱਚੋਂ ਜੀ ਤਕਰੀਬਨ 20 ਕਿਲੋ ਸਵਾ ਮਣ ਕੱਚਾ ਸਿੱਕਾ ਨਿਕਲਿਆ ਸੀ ਜੋ ਗੋਲੀ ਦੇ ਰੂਪ ਵਿੱਚ ਘੋੜੇ ਦੇ ਲੱਗੀਆਂ ਸਨ ਜੀ। ਇਹ ਉਹ ਸਥਾਨ ਆ ਜੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦਾ ਜੀ। ਹੁਣ ਇਸ ਜਗ੍ਹਾ ਦੇ ਉੱਤੇ ਸਾਡੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ ਜੀ। ਇਸ ਸਥਾਨ ਉੱਪਰ ਜੀ ਘੋੜੇ ਦਾ ਸਟੈਚੂ ਵੀ ਲਗਾਇਆ ਹੋਇਆ, ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਆਓ ਹੁਣ ਆਪਾਂ ਚੱਲਦੇ ਹਾਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਬਣੇ ਰਹੋ ਸਾਡੇ ਨਾਲ ਜੀ ਪੂਰੀ ਵੀਡੀਓ ਦੇ ਐਂਡ ਤੱਕ। ਆਪਾਂ ਸਭ ਨੇ ਜੀ ਦਰਸ਼ਨ ਕਰ ਲਏ ਹਨ ਇਸ ਸਥਾਨ ਦੇ। ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ ਜੀ। ਆਪਾਂ ਸਭ ਨੇ ਮਿਲ ਕੇ ਜੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਬਹੁਤ ਸਾਰੇ ਸਥਾਨਾਂ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ। ਹੁਣ ਆਪਾਂ ਮਿਲਾਂਗੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Ba 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 ba